ओम शांति ਅੱਜ ਬਾਬਾ ਦੀ ਸਾਕਾਰ ਦੀ ਮੁਰਲੀ 12 ਅਗਸਤ 2021 ਦੀ ਬਾਬਾ ਨੇ ਕਿਹਾ ਮਿੱਠੇ ਬੱਚੇ ਸੁਖ ਦੇਣ ਵਾਲਾ ਬਾਪ ਨੂੰ ਬਹੁਤ ਬਹੁਤ ਪਿਆਰ ਨਾਲ ਯਾਦ ਕਰੋ ਯਾਦ ਬਗੈਰ ਪਿਆਰ ਹੋ ਨਹੀਂ ਸਕਦਾ ਬਾਬਾ ਕਹਿੰਦੇ ਮਿੱਠੇ ਬੱਚੇ ਸੁਖ ਦੇਣੇ ਵਾਲਾ ਬਾਪ ਨੂੰ ਬਹੁਤ ਬਹੁਤ ਪਿਆਰ ਨਾਲ ਯਾਦ ਕਰੋ ਯਾਦ ਬਿਗੈਰ ਪਿਆਰ ਹੋ ਨਹੀਂ ਸਕਦਾ ਫਿਰ ਪ੍ਰਸ਼ਨ ਹੈ ਬਾਪ ਬੱਚਿਆਂ ਨੂੰ ਰੋਜ਼ ਰੋਜ਼ ਯਾਦ ਕਰਨ ਦਾ ਅਭਿਆਸ ਕਰਨ ਦਾ ਇਸ਼ਾਰਾ ਕਿਉਂ ਦਿੰਦਾ ਹੈ ਕਿ ਬਾਪ ਬੱਚਿਆਂ ਨੂੰ ਰੋਜ਼ ਰੋਜ਼ ਯਾਦ ਕਰਨ ਦਾ ਅਭਿਆਸ ਕਰਨ ਦਾ ਇਸ਼ਾਰਾ ਕਿਉਂ ਦਿੰਦਾ ਹੈ ਉੱਤਰ ਹੈ ਕਿਉਂਕਿ ਯਾਦ ਨਾਲ ਹੀ ਆਤਮਾ ਪਾਵਨ ਬਣੂਗੀ ਯਾਦ ਨਾਲ ਹੀ ਪੂਰਾ ਵਰਸਾ ਲੈ ਸਕਾਂਗੇ ਆਤਮਾ ਦੇ ਸਾਰੇ ਬੰਧਨ ਖਲਾਸ ਹੋ ਜਾਣਗੇ ਵਿਕਰਮਾ ਤੋਂ ਮੁਕਤ ਹੋ ਜਾਊਗੀ ਸਜਾਵਾਂ ਤੋਂ ਛੁੱਟ ਜਾਊਗੀ ਜਿੰਨਾ ਯਾਦ ਕਰਾਂਗੇ ਉਨਾ ਖੁਸ਼ੀ ਹੋਵੇਗੀ ਮੰਜ਼ਿਲ ਨਜ਼ਦੀਕ ਅਨੁਭਵ ਹੋਊਗੀ ਕਦੇ ਵੀ ਥੱਕਾਂਗੇ ਨਹੀਂ ਬੇहद ਦਾ ਸੁਖ ਪਾਵਾਂਗੇ ਇਸ ਲਈ ਯਾਦ ਦਾ ਅਭਿਆਸ ਜ਼ਰੂਰ ਕਰਨਾ ਹੈ 바ਵਾ ਕਹਿੰਦੇ ਵੀ ਦੇਖੋ ਕਿੰਨੇ ਅਭਿਆਸ ਫਾਇਦੇ ਹੀ ਦੱਸੇ ਨੇ ਕਿ ਯਾਦ ਕਰਨ ਦੇ ਕੀ ਕੀ ਫਾਇਦੇ ਨੇ ਵੀ ਉਹਦੇ ਨਾਲ ਆਤਮਾ ਪਾਵਨ ਬਣੂਗੀ ਯਾਦ ਨਾਲ ਹੀ ਸਾਨੂੰ ਵਰਸਾ ਮਿਲੇਗਾ ਆਤਮਾ ਦੇ ਸਾਰੇ ਬੰਧਨ ਟੁੱਟ ਜਾਣਗੇ ਆਪਾ ਵਿਕਰਮਾ ਤੋਂ ਮੁਕਤ ਹੋ ਜਾਵਾਂਗੇ ਸਜਾਵਾਂ ਤੋਂ ਛੁੱਟ ਜਾਵਾਂਗੇ ਤੇ ਜਿੰਨਾ ਯਾਦ ਕਰਾਂਗੇ ਉੰਨੀ ਸਾਨੂੰ ਖੁਸ਼ੀ ਰਹੂਗੀ ਸਾਨੂੰ ਸਤਿਯੁਗੀ ਮੰਜ਼ਿਲ ਵੀ ਨਜ਼ਦੀਕ ਲੱਗੂਗੀ ਕਦੇ ਥੱਕਾਂਗੇ ਨਹੀਂ ਇਸ ਲਈ 바ਵਾ ਕਹਿੰਦੇ ਯਾਦ ਜ਼ਰੂਰ ਕਰਨਾ ਹੈ ਫਿਰ ਗੀਤ ਹੈ ਕਿ ਬਚਪਨ ਦੇ ਦਿਨ ਪੁਲਾਣਾ ਦੇਣਾ ਕਿਹੜੇ ਬਚਪਨ ਦੇ ਦਿਨ ਪੁਲਾਣਾ ਦੇਣਾ ਉਹ ਬਚਪਨ ਦੇ ਦਿਨ ਜਦੋਂ ਆਪਾਂ ਭਗਵਾਨ ਦੇ ਬੱਚੇ ਬਣੇ ਸੀਗੇ ਕਿਉਂਕਿ ਜਦੋਂ ਆਪਾਂ ਭਗਵਾਨ ਦੇ ਬੱਚੇ ਬਣੇ ਸੀ ਉਦੋਂ ਮਨ ਵਿੱਚ ਬੜੀ ਖੁਸ਼ੀ ਸੀ ਉਮੰਗ ਉੱਸਾ ਸੀ ਕਿ ਸਾਨੂੰ ਭਗਵਾਨ ਮਿਲ ਗਿਆ ਪਰ ਧੀਰੇ ਧੀਰੇ ਜਦੋਂ ਆਪਾਂ ਅੱਗੇ-ਅੱਗੇ ਵੱਧਦੇ ਆਂ ਮਾਇਆ ਦੇ ਅਨੇਕ ਪ੍ਰਕਾਰ ਦੇ ਆ ਪਰਿਸਥਿਤੀਆਂ ਆਂਦੀਆਂ ਹਨ ਤਾਂ ਇਨਸਾਨ ਆਪਦੇ ਜੀਵਨ ਵਿੱਚ ਡਾਵਾ ਡੋਲ ਹੋ ਜਾਂਦਾ ਹੈ ਇਸ ਕਰਕੇ ਭਗਵਾਨ ਸਾਨੂੰ ਬਾਰ-ਬਾਰ ਯਾਦ ਦਿਲਾਉਂਦਾ ਹੈ ਕੀ ਬੱਚੇ ਉਹ ਦਿਨਾਂ ਨੂੰ ਯਾਦ ਕਰੋ ਜਦੋਂ ਤੁਸੀਂ ਭਗਵਾਨ ਦੇ ਘਰ ਆਏ ਸੀਗੇ ਓਮ ਸ਼ਾਂਤੀ ਮਿੱਠੇ ਮਿੱਠੇ ਰੂਹਾਨੀ ਬੱਚਿਆਂ ਨੇ ਗੀਤ ਦੀ ਲਾਈਨ ਦਾ ਅਰਥ ਸਮਝਿਆ ਹੁਣ ਜਿੰਦੇ ਜੀ ਤੁਸੀਂ ਬੇਹਦ ਦੇ ਭਗਵਾਨ ਦੇ ਬੱਚੇ ਬਣਿਓ ਲੋਕ ਤਾਂ ਕਹਿੰਦੇ ਨੇ ਕਿ ਮਰਨ ਤੋਂ ਬਾਅਦ ਭਗਵਾਨ ਦੇ ਕੋਲ ਜਾਂਦੇ ਨੇ ਪਰ ਆਪਾਂ ਬੱਚੇ ਤਾਂ ਉਹ ਸਭਾਗਿਆਸ਼ਾਲੀਆਂ ਜਿਹੜੇ ਕਿ ਜਿੰਦੇ ਜੀ ਭਗਵਾਨ ਦੇ ਬੱਚੇ ਬਨੇ ਹਾਂ ਸਾਰਾ ਕਲਪ ਤਾਂ ਹਦ ਦੇ ਬਾਪ ਦੇ ਬਨੇ ਹਾਂ ਸਤਿਯੁਗ ਵਿੱਚ ਵੀ ਹਦ ਦਾ ਬਾਪ ਹੀ ਮਿਲਦਾ ਹੈ ਹੁਣ ਤੁਹਾਨੂੰ ਬਿਹਦ ਦਾ ਬਾਪ ਮਿਲਿਆ ਹੈ ਤੁਸੀਂ ਜਾਣਦੇ ਹੋ ਕਿ ਬਿਹਦ ਦੇ ਬਾਪ ਤੋਂ ਅਸੀਂ ਬਿਹਦ ਦਾ ਵਿਰਸਾ ਲੈਣੇ ਹਾਂ ਅਗਰ ਬਾਪ ਨੂੰ ਛੱਡਿਆ ਬੇਹੱਦ ਦਾ ਵਰਸਾ ਮਿਲ ਨਹੀਂ ਸਕਦਾ ਭਲ ਤੁਸੀਂ ਸਮਝਾਉਂਦੇ ਹੋ ਪਰੰਤੂ ਥੋੜੇ ਵਿੱਚ ਕੋਈ ਰਾਜੀ ਨਹੀਂ ਹੁੰਦਾ ਮਨੁष्य ਬਹੁਤ ਧਨ ਚਾਹੁੰਦਾ ਹੈ ਧਨ ਤੋਂ ਸਿਵਾਏ ਸੁਖ ਹੋ ਨਹੀਂ ਸਕਦਾ ਵੀ ਅੱਜ ਦੁਨੀਆ ਵਿੱਚ ਹਰ ਇਨਸਾਨ ਧਨ ਚਾਹੁੰਦਾ ਹੈ ਕਿਉਂਕਿ ਧਨ ਤੋਂ ਬਗੈਰ ਸੁਖ ਮਿਲਦਾ ਨਹੀਂ ਧਨ ਵੀ ਚਾਹੀਦਾ ਤੇ ਸ਼ਾਂਤੀ ਵੀ ਚਾਹੀਦੀ ਤੇ ਨਿਰੋਗੀ ਕਾਇਆ ਵੀ ਚਾਹੀਦੀ ਤੁਸੀਂ ਬੱਚੇ ਜਾਣਦੇ ਹੋ ਦੁਨੀਆ ਵਿੱਚ ਅੱਜ ਕੀ ਹੈ ਕੱਲ ਕੀ ਹੋਣਾ ਹੈ ਵਿਨਾਸ਼ ਸਾਹਮਣੇ ਖੜਾ ਹੈ ਔਰ ਕਿਸੇ ਦੀ ਬੁੱਧੀ ਦੇ ਵਿੱਚ ਇਹ ਗੱਲਾਂ ਨਹੀਂ ਹੈਗੀਆਂ ਅਗਰ ਸਮਝਣ ਕਿ ਵਿਨਾਸ਼ ਸਾਹਮਣੇ ਖੜਾ ਹੈ ਤਾਂ ਕੀ ਕਰਨਾ ਚਾਹੀਦਾ ਹੈ ਇਹ ਵੀ ਨਹੀਂ ਜਾਣਦੇ ਬੀ ਲੋ ਕਹਿੰਦੇ ਨੇ ਵੀ ਹੁਣ ਵਿਨਾਸ਼ ਹੋਣਾ ਹੈ ਜਲਦੀ ਹੋਣਾ ਹੈ ਪਰ ਅੱਗੇ ਆਪਾਂ ਕਰਨਾ ਕੀ ਹੈ ਇਹ ਵੀ ਨਹੀਂ ਪਤਾਗਾ ਤੁਸੀਂ ਬੱਚੇ ਤਾਂ ਸਮਝਦੇ ਹੋ ਤੁਹਾਨੂੰ मालूम ਹੈ ਕਿ ਇਹ ਲੜਾਈ ਕਦੋਂ ਵੀ ਲੱਗ ਸਕਦੀ ਹੈ ਥੋੜੀ ਚਿੰਗਾਰੀ ਲੱਗੀ ਤਾਂ ਭੰਬਟ ਮਚ ਜਾਊਗਾ ਦੇਰੀ ਨਹੀਂ ਲੱਗੂਗੀ ਅੱਗੇ ਵੀ ਥੋੜੀਆਂ-ਥੋੜੀਆਂ ਗੱਲਾਂ ਤੇ ਕਿੰਨੀਆਂ ਵੱਡੀਆਂ ਲੜਾਈਆਂ ਲੱਗੀਆਂ ਨੇ ਬੱਚੇ ਜਾਣਦੇ ਨੇ ਹੁਣ ਪੁਰਾਣੀ ਦੁਨੀਆ ਖਤਮ ਹੋਈ ਕੀ ਹੋਈ ਬੱਚੇ ਜਾਣਦੇ ਐ ਵੀ ਹੁਣੇ ਪੁਰਾਣੀ ਦੁਨੀਆ ਰਹਿਣ ਵਾਲੀ ਨਹੀਂ ਹੈ ਤਾਂ ਜਲਦੀ ਹੀ ਬਾਪ ਤੋਂ ਵਰਸਾ ਲੈ ਲੈਣਾ ਹੈ ਬਾਪ ਨੂੰ ਸਦਾਵ ਯਾਦ ਕਰਦੇ ਰਵਾਂਗੇ ਤਾਂ ਬਹੁਤ ਖੁਸ਼ ਰਵਾਂਗੇ ਦੇ ਅਭਿਮਾਨ ਵਿੱਚ ਆਨ ਨਾਲ ਖੁਸ਼ੀ ਗੁੰਮ ਹੋ ਜਾਂਦੀ ਹੈ ਅਗਰ ਦੇਹੀ ਅਭਿਮਾਨੀ ਬਣੀਏ ਤਾਂ ਬਾਪ ਨੂੰ ਵੀ ਯਾਦ ਕਰਦੇ ਰਹਾਂਗੇ ਦੇ ਅਭਿਮਾਨ ਵਿੱਚ ਆਨ ਨਾਲ ਭਗਵਾਨ ਨੂੰ ਭੁੱਲ ਦੁੱਖ ਪਾਉਂਦੇ ਹਾਂ ਜਿੰਨਾ ਤੁਸੀਂ ਬਾਪ ਨੂੰ ਯਾਦ ਕਰੋਗੇ ਉਹਨਾਂ ਬੇਹਦ ਦਾ ਸੁੱਖ ਮਿਲੇਗਾ ਇੱਥੇ ਤੁਸੀਂ ਆਏ ਹੀ ਹੋ ਹੈਗੇ ਹੋ ਲక్ష్ਮੀ ਨਾਰਾਇਣ ਬਨਣ ਵਾਸਤੇ ਰਾਜਾ ਰਾਣੀ ਤੇ ਪ੍ਰਜਾ ਨੌਕਰ ਚਾਕਰ ਵਿੱਚ ਬਹੁਤ ਫਰਕ ਹੋਊਗਾ। ਬਿ ਸਤਿਯੋਗ ਵਿੱਚ ਕਿਤੇ ਤਾਂ ਰਾਜਾ ਰਾਣੀ ਬੰਨਣਾ ਤੇ ਕਿਤੇ ਦਾਸ ਦਾਸੀ ਬੰਨਣਾ ਉਹਦੇ ਵਿੱਚ ਬਹੁਤ ਰਾਤ ਦਿਨ ਦਾ ਫਰਕ ਹੋਊਗਾ। ਹੁਣ ਦਾ ਪੁਰਸ਼ਾਰਥ ਫਿਰ ਕਲਪ ਕਲਪਾਂਤਰ ਦੇ ਵਿੱਚ ਨੂਂਦ ਹੋ ਜਾਏਗੀ। ਬਿ ਹੁਣ ਜਿਹੜਾ ਆਪਾਂ ਪੁਰਸ਼ਾਰਥ ਕਰਾਂਗੇ ਉਹੀ ਪੂਰਾ ਸ੍ਰਿਸ਼ਟੀ ਚੱਕਰ ਦੇ ਵਿੱਚ ਨਿਸ਼ਚਿਤ ਹੋ ਜਾਊਗਾ। ਪਿਛਾੜੀ ਵਿੱਚ ਸਾਰਿਆਂ ਨੂੰ ਬਹੁਤ ਦ੍ਰਿਸ਼ੇ ਦਿਖਾਈ ਦੇਣਗੇ ਵੀ ਅਸੀਂ ਕਿੰਨਾ ਪੁਰਸ਼ਾਰਥ ਕੀਤਾ ਤਾਂ ਬਾਪ ਵੀ ਕਹਿੰਦੇ ਐ ਕਿ ਆਪਦੀ ਅਵਸਥਾ ਨੂੰ ਦੇਖਦੇ ਰੋ ਮੀਠੇ ਮੀਠੇ ਬੱਚੇ ਜਿਦੇ ਤੋਂ ਸਵਰਗ ਦਾ ਵਰਸਾ ਮਿਲਦਾ ਹੈ ਉਹਨੂੰ ਅਸੀਂ ਕਿੰਨਾ ਯਾਦ ਕਰਦੇ ਆ ਤੇ ਸਾਰਾ ਮਦਾਰ ਹੈ ਹੀ ਯਾਦ ਦੀ ਯਾਤਰਾ ਤੇ ਜਿੰਨਾ ਆਪਾਂ ਯਾਦ ਕਰਾਂਗੇ ਉਹਨਾਂ ਸਾਨੂੰ ਖੁਸ਼ੀ ਵੀ ਰਹੇਗੀ ਸਮਝਾਂਗੇ ਕਿ ਬਸ ਹੁਣ ਨਜ਼ਦੀਕ ਆ ਕੇ ਪਹੁੰਚੇ ਕੀ ਪਹੁੰਚੇ ਕਈ ਤਾਂ ਫਿਰ ਥੱਕ ਵੀ ਜਾਂਦੇ ਨੇ ਪਤਾ ਨਹੀਂ ਮੰਜ਼ਿਲ ਕਿੰਨੀ ਕੁ ਦੂਰ ਹੈਗੀ ਐ ਪਹੁੰਚਾਂਗੇ ਮਿਹਨਤ ਕਰਾਂਗੇ ਤਾਂ ਹੀ ਉਹ ਤਾਂ ਸਫਲ ਹੋਵਾਂਗੇ ਦੁਨੀਆ ਨੂੰ ਤੇ ਪਤਾ ਹੀ ਨਹੀਂ ਕਿ ਭਗਵਾਨ ਕਿਨੂੰ ਕਿਹਾ ਜਾਂਦਾ ਹੈ ਕਹਿੰਦੇ ਵੀ ਐ ਕਿ ਇਹ ਭਗਵਾਨ ਠਿੱਕਰ ਪਿੱਤਰ ਵਿੱਚ ਹੈ ਹੁਣ ਤੁਸੀਂ ਬੇ ਬੱਚੇ ਸਮਝਦੇ ਹੂੰ ਕਿ ਅਸੀਂ ਤਾਂ ਭਗਵਾਨ ਦੇ ਬਨ ਚੁਕੇ ਹਾਂ ਹੁਣ ਭਗਵਾਨ ਦੀ ਸ਼੍ਰੀ ਮਤ ਮਿਲਦੀ ਹੈ ਭਲ ਵਿਲਾਇਤ ਵਿੱਚ ਵੀ ਹੈਗੀ ਹੂੰ ਉੱਥੇ ਰਹਿੰਦੇ ਵੀ ਸਿਰਫ ਬਾਪ ਨੂੰ ਯਾਦ ਕਰਨਾ ਹੈ ਤੇ ਭਗਵਾਨ ਦੀ ਸ਼੍ਰੀ ਮਤ ਉੱਤੇ ਚੱਲਣਾ ਹੈ ਆਤਮ ਤਮੋ ਪ੍ਰਧਾਨ ਤੋਂ ਸਤੋ ਪ੍ਰਧਾਨ ਸਿਵਾਏ ਬਾਪ ਦੀ ਯਾਦ ਤੋਂ ਬਨ ਨਹੀਂ ਸਕਦੀ ਤੁਸੀਂ ਕਹਿੰਦੇ ਹੋ ਕਿ ਬਾਬਾ ਅਸੀਂ ਤੁਹਾਡੇ ਤੋਂ ਪੂਰਾ ਵਰਸਾ ਲਵਾਂਗੇ ਜਿਵੇਂ ਜਿਵੇਂ ਸਾਡੇ ਬਾਬਾ ਵਰਸਾ ਲੈਂਦਾ ਹੈ ਤਾਂ ਅਸੀਂ ਵੀ ਪੁਰਸ਼ਾਰਥ ਕਰੋ ਉਹਨਾਂ ਦੀ ਗੱਡੀ ਉੱਤੇ ਜ਼ਰੂਰ ਬੈਠਾਂਗੇ ਅਗਰ ਮੰਮਾ ਬਾਬਾ ਰਾਜ ਰਾਜੇਸ਼ਵਰੀ ਬੰਦੇ ਹੈ ਤਾਂ ਅਸੀਂ ਵੀ ਬਣਾਂਗੇ ਇਮਤਿਹਾਨ ਤਾਂ ਸਾਰਿਆਂ ਵਾਸਤੇ ਇੱਕੋ ਹੀ ਹੈ ਤੁਹਾਨੂੰ ਬਹੁਤ ਸਿਖਾਇਆ ਜਾਂਦਾ ਹੈ ਕਿ ਬਾਪ ਨੂੰ ਯਾਦ ਕਰੋ ਇਸ ਨੂੰ ਕਿਹਾ ਜਾਂਦਾ ਹੈ ਸਹਿਜ ਰਾਜ ਯੋਗ ਵਾਲੋ ਤੁਸੀਂ ਸਮਝਦੇ ਵੀ ਹੋ ਯੋਗ ਵਿੱਚ ਬਹੁਤ ਸ਼ਕਤੀ ਮਿਲਦੀ ਹੈ ਤੇ ਯਾਦ ਵਿੱਚ ਹੀ ਮਾਇਆ ਵਿਗਣ ਪਾਉਂਦੀ ਹੈ ਜਦੋਂ ਆਪਾਂ ਭਗਵਾਨ ਨੂੰ ਯਾਦ ਕਰਨ ਲੱਗਦੇ ਹਾਂ ਉਹਦੇ ਵਿੱਚ ਹੀ ਮਾਇਆ ਕੀ ਕਰਦੀ ਹੈ ਅਨੇਕ ਤਰ੍ਹਾਂ ਦੇ ਵਿਗਣ ਪਾਉਂਦੀ ਹੈ ਤੁਸੀਂ ਜਾਣਦੇ ਹੋ ਕਿ ਅਸੀਂ ਪਾਵਨ ਦੁਨੀਆ ਵਿੱਚ ਜਾ ਰਹੇ ਹਾਂ ਜੋ ਬ੍ਰਾਹਮਣ ਬਨਨਗੇ ਉਹੀ ਨਿਮਿਤ ਬਨਨਗੇ ਬ੍ਰਹਮਾ ਮੁਖ ਵੰਸ਼ਾਵਲੀ ਬ੍ਰਾਹਮਣ ਬ੍ਰਾਹਮਣ ਬਨਨ ਤੋਂ ਬਿਨਾ ਤੁਸੀਂ ਬਾਪ ਤੋਂ ਵਰਸਾ ਲੈ ਨਹੀਂ ਸਕਦੇ ਬਾਪ ਬੱਚਿਆਂ ਨੂੰ ਰਚਦੇ ਹੀ ਹੈ ਵਰਸਾ ਦੇਣ ਵਾਸਤੇ ਸ਼ਿਬਾਵਾ ਦੇਤਾ ਸੀ ਹੈ ਹੀ ਹੈ ਉਹ ਨਈ ਦੁਨੀਆ ਰਚਦੇ ਹੈ ਬੱਚਿਆਂ ਨੂੰ ਵਰਸਾ ਦੇਣ ਵਾਸਤੇ ਸ਼ਰੀਰ ਧਾਰੀ ਨੂੰ ਹੀ ਵਰਸਾ ਦੇਣਗੇ ਆਤਮਾ ਮਾ ਤਾਂ ਉੱਪਰ ਰਹਿੰਦੀਆਂ ਹੈ ਉੱਥੇ ਤਾਂ ਵਰਸਾ ਤੇ ਪ੍ਰਲਬਧ ਦੀ ਕੋਈ ਗੱਲ ਹੀ ਨਹੀਂ ਹੈਗੀ ਵੀ ਉੱਥੇ ਪਰਮਤਾਮ ਦੇ ਵਿੱਚ ਤਾਂ ਭਗਵਾਨ ਸਾਨੂੰ ਕੋਈ ਸਵਰਗ ਦੀ ਰਾਜਾਈ ਦੇਵੇ ਤਾਂ ਉਹਦੀ ਤਾਂ ਕੋਈ ਗੱਲ ਹੈ ਹੀ ਨਹੀਂ ਹੈਗੀ ਹੁਣ ਸਮਾਂ ਨਜ਼ਦੀਕ ਆਂਦਾ ਜਾਂਦਾ ਹੈ ਇਤਲਾਹ ਕਰਦੇ ਰਹਿੰਦੇ ਐ ਕਿ ਫਲਾਨਾ ਅਗਰ ਇਹ ਕਰੂਗਾ ਤਾਂ ਅਸੀਂ ਉਹਨੂੰ ਉਡਾ ਦੇਵਾਂਗੇ ਵੀ ਹੁਣ ਇੱਕ ਦੂਜੇ ਨੂੰ ਸੂਚਨਾ ਦਿੰਦੇ ਰਹਿੰਦੇ ਨੇ ਵੀ ਅਗਰ ਫਲਾਨੇ ਬੰਦੇ ਨੇ ਇਹ ਕੁਝ ਕੀਤਾ ਤਾਂ ਅਸੀਂ ਉਹਨੂੰ ਬੰਬ ਨਾਲ ਉਡਾ ਦੇਵਾਂਗੇ ਤੇ ਉਡਾਨ ਦੀ ਤਿਆਰੀਆਂ ਕਰਦੇ ਰਹਿੰਦੇ ਨੇ ਬੰਬਵਾਦੀ ਕੋਈ ਰੱਖਣ ਵਾਸਤੇ ਨਹੀਂ ਬਣਾਈ ਗਏ ਤਿਆਰੀਆਂ ਬਹੁਤ ਹੋ ਰਹੀਆਂ ਹੈ ਬ੍ਰਿਟਿਸ਼ ਗਵਰਨਮੈਂਟ ਨੂੰ ਪਾਕਿਸਤਾਨ ਹਿੰਦੁਸਤਾਨ ਸੀਗਾ ਕਿ 바ਵਾ ਕਹਿੰਦੇ ਵੀ ਜਦੋਂ ਬ੍ਰਿਟਿਸ਼ ਗਵਰਨਮੈਂਟ ਦਾ ਸਮਾਂ ਸੀਗਾ ਵੀ ਉਸ ਸਮੇਂ ਕੋਈ ਪਾਕਿਸਤਾਨ ਤੇ ਕੋਈ ਭਾਰਤ ਸੀਗਾ ਲਿਖਾ ਹੋਇਆ ਵੀ ਹੈ ਕਿ ਯੋਵਨਾ ਲਿਖਿਆ ਹੋਇਆ ਵੀ ਹੈ ਕਿ ਯੋਵਨਾ ਦੁਆਰਾ ਲੜਾਈ ਪਾਂਡਵ ਤੇ ਕੋਰਵਾਂ ਦੀ ਲੜਾਈ ਕੋਈ ਹੈ ਨਹੀਂ। ਯੋਵਨ ਬਰੋਬਰ ਲੜ ਰਹੇ ਨੇ। ਯੋਵਨ ਅਰਥਾਤ ਯੂਰੋਪ ਵਾਸੀ ਜਿਹੜੇ ਲੋਕ ਹੈਗੇ ਐ ਉਹ ਵਾਕਈ ਹੀ ਇਸ ਸਮੇਂ ਲੜੀ ਜਾਂਦੇ ਨੇ ਤੇ ਬੰਬ ਦੀਆਂ ਤਿਆਰੀਆਂ ਵੀ ਹੋ ਰਹੀਆਂ ਨੇ। ਹੁਣ ਬਾਪ ਸਾਨੂੰ ਫਰਮਾਨ ਕਰਦਾ ਹੈ ਕਿ ਕਿ ਮੈਨੂੰ ਯਾਦ ਕਰੋ। ਨਹੀਂ ਤਾਂ ਪਿਛਾੜੀ ਵਿੱਚ ਬਹੁਤ ਰੋਣਾ ਪੜੇਗਾ। ਇਮਤਿਹਾਨ ਵਿੱਚ ਨਾ ਪਾਸ ਹੋਵਾਂਗੇ। ਤਾਂ ਜਾ ਕੇ ਡੁੱਬ ਮਰਦੇ ਨੇ ਗੁੱਸੇ ਵਿੱਚ ਇੱਥੇ ਤਾਂ ਕੋਈ ਗੁੱਸੇ ਦੀ ਗਾਲੀ ਨਹੀਂ ਹੈਗੀ ਪਿਛਾੜੀ ਵਿੱਚ ਤੁਹਾਨੂੰ ਬਹੁਤ ਸੀਨ ਸਿਨਰੀਆਂ ਦਿਖਣਗੀਆਂ ਕਿ ਅਸੀਂ ਕੀ ਕੀ ਬਣਾਂਗੇ ਉਹ ਵੀ ਪਤਾ ਲੱਗ ਜਾਊਗਾ ਬਾਪ ਦਾ ਕੰਮ ਤਾਂ ਹੈ ਬੱਚਿਆਂ ਨੂੰ ਮਿਹਨਤ ਕਰਵਾਉਣਾ ਕਹਿੰਦੇ ਨੇ ਬੱਚੇ ਕੰਮ ਕਰਦੇ ਹੋਏ ਵੀ ਯਾਦ ਕਰਨਾ ਭੁੱਲ ਜਾਂਦੇ ਨੇ ਵਾ ਕਹਿੰਦੇ ਨੇ ਕਿ ਸਾਨੂੰ ਫੁਰਸਤ ਹੀ ਨਹੀਂ ਮਿਲਦੀ ਤਾਂ ਅੱਛਾ ਬੈਠੋ ਯਾਦ ਵਿੱਚ ਬੈਠ ਕੇ ਬਾਪ ਨੂੰ ਯਾਦ ਕਰੋ ਆਪਸ ਵਿੱਚ ਤੁਸੀਂ ਮਿਲਦੇ ਹੋ ਤਾਂ ਇਹ ਵੀ ਕੋਸ਼ਿਸ਼ ਕਰੋ ਕਿ ਅਸੀਂ ਬਾਬਾ ਨੂੰ ਯਾਦ ਕਰੀਏ ਮਿਲ ਕੇ ਬੈਠ ਕਰਕੇ ਤੁਸੀਂ ਅੱਛਾ ਯਾਦ ਕਰ ਸਕਦੇ ਹੋ ਇੱਕ ਦੂਜੇ ਦੀ ਮਦਦ ਮਿਲ ਜਾਂਦੀ ਹੈ ਮੁੱਖਿਆ ਤਾਂ ਗੱਲ ਹੀ ਹੈ ਭਗਵਾਨ ਨੂੰ ਯਾਦ ਕਰਨਾ ਮਾਵਾ ਗੰਦੇ ਅਗਰ ਆਪਾਂ ਸੰਗਠਨ ਵਿੱਚ ਇਕੱਠੇ ਹੋ ਕੇ ਬੈੰਨੇ ਆ ਤਾਂ ਇੱਕ ਦੂਜੇ ਦੀ ਮਦਦ ਵੀ ਮਿਲ ਜਾਂਦੀ ਐ ਤੇ ਕਿਉਂਕਿ ਮੁੱਖਿਆ ਦਾ ਕੰਮ ਹੀ ਕੀ ਐ ਭਗਵਾਨ ਨੂੰ ਯਾਦ ਕਰਨਾ ਵੀ ਉੱਠਦੇ ਬੈਠਦੇ ਚੱਲਦੇ ਫਿਰਦੇ ਵੀ ਤੁਸੀਂ ਭਗਵਾਨ ਨੂੰ ਯਾਦ ਕਰ ਸਕਦੇ ਹੋ ਅੱਛਾ ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਗੁੱਡ ਮਾਰਨਿੰਗ ਰੋਹਾਨੀ ਬਾਪ ਦੀ ਰੋਹਾਨੀ ਬੱਚਿਆਂ ਨੂੰ ਨਮਸਤੇ ਰੋਹਾਨੀ ਬੱਚਿਆਂ ਦੀ ਰੋਹਾਨੀ ਬਾਪ ਦਾਦਾ ਜੀ ਨੂੰ ਯਾਦ ਪਿਆਰ ਗੁੱਡ ਮਾਰਨਿੰਗ ਨਮਸਤੇ ਸ਼ੁਕਰੀਆ بابا ਸ਼ੁਕਰੀਆ ਤਾਂ ਇਹ ਨਵਸਤੇ ਮੁੱਖਿਆ ਸਾਰ ਹੈ ਪਹਿਲਾ ਹੈ ਪੜਾਈ ਵਿੱਚ ਕਦੇ ਵੀ ਗਫਲਤ ਨਹੀਂ ਕਰਨੀ ਹੈ ਭਗਵਾਨ ਕਹਿੰਦੇ ਹੈ ਵੀ ਤੁਸੀਂ ਪੜਾਈ ਨੂੰ ਛੱਡਣਾ ਨਹੀਂ ਵੀ ਕੋਈ ਗੱਲ ਨਹੀਂ ਰੋਜ ਇੱਕੋ ਹੀ ਤਾਂ ਮੁਰਲੀ ਹੁੰਦੀ ਹੈ ਫਿਰ ਕੀ ਹੁੰਦਾ ਅਸੀਂ ਉਹੀ ਮੁਰਲੀ ਕੱਲ ਸੀ ਉਹੀ ਅੱਜ ਹੈ ਸੁਣ ਲਾਂਗੇ ਭਗਵਾਨ ਕਹਿੰਦਾ ਵੀ ਇਹ ਇੱਕ ਸਤਿਯੁਗ ਦੀ ਪੜ੍ਹਾਈ ਹੈ ਇਸ ਪੜ੍ਹਾਈ ਵਿੱਚ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਗਫਲਤ ਨਹੀਂ ਕਰਨੀ ਹੈ ਲੜਾਈ ਲੱਗਣ ਤੋਂ ਪਹਿਲਾਂ ਬਾਪ ਤੋਂ ਪੂਰਾ ਪੂਰਾ ਵਰਸਾ ਲੈਣਾ ਹੈ ਦੂਸਰਾ ਹੈ ਬਾਪ ਸ਼੍ਰੀਮਤ ਉਤੇ ਬਾਪ ਨੂੰ ਬੜੇ ਪਿਆਰ ਨਾਲ ਯਾਦ ਕਰਨੇ ਭਗਵਾਨ ਦੀ ਸ਼੍ਰੀ ਮੱਤ ਕੀ ਹੈ ਸਾਨੂੰ ਕਿ ਬਾਪ ਨੂੰ ਬੜੇ ਪਿਆਰ ਨਾਲ ਯਾਦ ਕਰਨਾ ਹੈ ਦਿਮਾਗ ਨੇ ਦਿਮਾਗ ਨਾਲ ਯਾਦ ਨਹੀਂ ਕਰਨਾਗਾ ਦਿਲ ਨਾਲ ਯਾਦ ਕਰਨਾ ਹੈ ਅਗਰ ਆਪਾ ਭਗਵਾਨ ਨੂੰ ਦਿਲ ਨਾਲ ਯਾਦ ਕਰਾਂਗੇ ਤਾਂ ਭਗਵਾਨ ਕੋਲ ਆਪਣੀ ਯਾਦ ਵੀ ਪਹੁੰਚੂਗੀ ਜੇ ਦਿਮਾਗ ਨਾਲ ਯਾਦ ਕਰਾਂਗੇ ਤਾਂ ਫਿਰ ਆਪਾਂ ਨੂੰ ਭਗਵਾਨ ਕੋਲ ਸਾਡੀ ਯਾਦ ਵੀ ਨਹੀਂ ਪਹੁੰਚੂਗੀ ਵਰਦਾਨੇ ਆਪਸ ਵਿੱਚ 1 2 ਦੀਆਂ ਵਿਸ਼ੇਸ਼ਤਾਵਾਂ ਨੂੰ ਦੇਖਣਾ ਤੇ ਵਰਣਨ ਕਰਨ ਵਾਲੇ ਸ੍ਰੇਸ਼ਟਤਾ ਸੰਪਨ ਹੋਲੀ ਹੰਸ ਭਾਵ ਆਪਸ ਵਿੱਚ 1 2 ਦੀਆਂ ਵਿਸ਼ੇਸ਼ਤਾਵਾਂ ਦੇਖਣਾ ਤੇ ਫਿਰ ਉਹਦਾ ਵਰਣਨ ਕਰਨ ਵਾਲੇ ਕੋਨੇ ਸ੍ਰੇਸ਼ਟਤਾ ਸੰਪਨ ਹੋਲੀ ਹੰਸ ਭਵ ਸੰਗਮ ਯੁੱਗ ਵਿੱਚ ਹਰ ਬੱਚੇ ਨੂੰ ਨੌਲੇਜ ਦੁਆਰਾ ਕੋਈ ਨਾ ਕੋਈ ਵਿਸ਼ੇਸ਼ ਗੁਣ ਅਵਸ਼ੇਸ਼ ਪ੍ਰਾਪਤ ਹੋਇਆ ਸੰਗਮ ਯੋਗ ਵਿੱਚ ਆਪਾਂ ਹਰ ਇੱਕ ਭਗਵਾਨ ਦਾ ਬੱਚਾ ਹੈ ਉਹਦੇ ਅੰਦਰ ਕੋਈ ਨਾ ਕੋਈ ਗੁਣ ਅਵਸ਼ੇ ਹੀ ਹੈਗਾ ਐਸ ਲਈ ਹੋਲੀ ਹੰਸ ਬਣ ਕੇ ਹਰ ਇੱਕ ਦੀ ਵਿਸ਼ੇਸ਼ਤਾ ਨੂੰ ਦੇਖਣਾ ਹੈ ਤੇ ਉਹਦਾ ਹੀ ਵਰਣਨ ਕਰਨਾ ਹੈ ਜਦੋਂ ਕਿਸੇ ਦੀ ਕਮਜ਼ੋਰੀ ਦੇਖਦੇ ਹਾਂ ਜਾਂ ਸੁਣਦੇ ਹਾਂ ਤਾਂ ਸਮਝਣਾ ਚਾਹੀਦਾ ਹੈ ਕਿ ਇਹ ਕਮਜ਼ੋਰੀ ਇਨਾਂ ਦੀ ਨਹੀਂ ਹੈ ਇਹ ਤਾਂ ਮੇਰੀ ਹੈ ਜਦੋਂ ਆਪਾਂ ਕਿਸੇ ਦੀ ਕਮੀ ਕਮਜ਼ੋਰੀ ਨੂੰ ਵੇਖਦੇ ਆ ਜਾਂ ਉਹਨੂੰ ਵਰਣਨ ਕਰਦੇ ਆ ਕਿਸੇ ਦੇ ਸਾਹਮਣੇ ਤਾਂ ਇਹ ਸਮਝਣਾ ਚਾਹੀਦਾ ਹੈ ਵੀ ਇਹ ਕਮਜ਼ੋਰੀ ਮੇਰੀ ਹੈ ਕਿਉਂਕਿ ਅਸੀਂ ਸਾਰੇ ਇੱਕ ਬਾਪ ਦੇ ਇੱਕ ਹੀ ਪਰਿਵਾਰ ਦੇ ਤੇ ਇੱਕ ਹੀ ਮਾਲਾ ਦੇ ਮਨਕੇ ਹਾਂ ਜਿਵੇਂ ਆਪਾਂ ਆਪਦੀ ਕਮਜ਼ੋਰੀ ਨੂੰ ਮਸ਼ਹੂਰ ਨਹੀਂ ਕਰਨਾ ਚਾਹੁੰਦੇ ਐਵੇਂ ਦੂਸਰਿਆਂ ਦੀ ਕਮਜ਼ੋਰੀ ਦਾ ਵਰਣਨ ਵੀ ਨਾ ਕਰੀਏ ਹੋਲੀ ਹੰਸ ਮਨਾਹੀ ਵਿਸ਼ੇਸ਼ਤਾਵਾਂ ਦਾ ਵਰਣਨ ਕਰਨਾ ਕਮਜ਼ੋਰੀਆਂ ਦਾ ਕਮਜ਼ੋਰੀਆਂ ਨੂੰ ਮਿਟਾਣਾ ਹੋਲੀ ਹੰਸ ਦੀ ਵਿਸ਼ੇਸ਼ਤਾ ਹੀ ਕੀ ਹੁੰਦੀ ਹੈ ਕਿ ਦੂਜਿਆਂ ਦੀ ਵਿਸ਼ੇਸ਼ਤਾਵਾਂ ਨੂੰ ਗ੍ਰਹਿਣ ਕਰਨਾ ਤੇ ਉਹਨਾਂ ਦੀ ਕਮਜ਼ੋਰੀਆਂ ਨੂੰ ਮਿਟਾਉਣਾ ਮਨਾ ਹੰਸ ਮਨਾ ਕਿ ਮੋਤੀ ਚੁਗਣਾ ਤੇ ਕੰਕਰ ਪੱਥਰ ਜਿਹੜੇ ਉਹਨਾਂ ਨੂੰ ਛੱਡ ਦੇਣਾ ਸਲੋਗਨ ਹੈ ਸਮੇਂ ਨੂੰ ਬਚਾਨ ਵਾਲੇ ਤੀਵਰ ਪੁਰਸ਼ਾਰਥੀ ਹੀ ਸਦਾ ਵਿਜਈ ਹੁੰਦੇ ਨੇ ਜੋ ਸਮੇਂ ਨੂੰ ਬਚਾ ਲੈਂਦੇ ਨੇ ਬਚਾ ਕੇ ਤੀਵਰ ਪੁਰਸ਼ਾਰਥ ਕਰਦੇ ਨੇ ਉਹੀ ਕੀ ਹੈ ਵਿਜਈ ਹੁੰਦੇ ਨੇ ਤੇ ਜਾਂ ਫਿਰ ਜੋ ਬੱਚੇ ਸਮੇਂ ਨੂੰ ਸਫਲ ਕਰਦੇ ਨੇ ਉਹ ਜ਼ਿੰਦਗੀ ਵਿੱਚ ਸਦਾ ਵਿਜੇ ਹੁੰਦੇ ਨੇ ਓਮ ਸ਼ਾਂਤੀ